ਟੋਰਾਂਟੋ ਦੇ ਵਿੱਚ ਇੱਕ ਦੋ ਗੱਲਾਂ ਇਹ ਵੀ ਨੇ, ਇੱਥੇ ਵਿਜ਼ਟਰਸ ਨੂੰ ਵੀ ਟਰੱਕ ਦਾ ਲਾਇਸੈਂਸ ਮਿਲ ਜਾਂਦਾ, ਹੋਰ ਪ੍ਰੋਵਿੰਸਾਂ 'ਚ ਵਿਜ਼ਟਰ ਨੂੰ ਟਰੱਕ ਦਾ ਲਾਇਸੈਂਸ ਨਹੀਂ ਬਣਵਾਉਣ ਦਿੰਦੇ, ਈਵਨ ਕੋਈ ਲਾਇਸੈਂਸ ਵੀ ਨਹੀਂ ਬਣਵਾਉਣ ਦਿੰਦੇ ਟਰੱਕ ਦੀ, ਗੱਲ ਛੱਡੋ ਤੁਸੀਂ, ਸਾਰੀ ਪ੍ਰੋਵਿੰਸਾਂ ਨੇ ਰੂਲ ਸਖ਼ਤ ਕਰਤੇ ਆ, ਕਰਨ ਨੂੰ ਤਾਂ ਫਿਰਦੇ ਸੀਗੇ, ਬਟ ਇਹਦੇ ਨਾਲ ਉਹਨਾਂ ਨੂੰ ਬਹਾਨਾ ਮਿਲ ਗਿਆ ਵੀ ਹੁਣ ਨਹੀਂ ਜੀ ਹੁਣ ਤਾਂ ਕਰਨੇ ਹੀ ਪੈਣੇ ਆ, ਹੁਣ ਅਸੀਂ ਸੀਟ ਤੇ ਬੈਠ ਰਹੇ ਨੇ, ਸਾਨੂੰ ਪਤਾ ਜੀ ਅਸੀਂ ਖਾਈ ਗਏ ਅਸੀਂ ਤਾਂ ਦੋਵਾਂ ਸਾਲਾਂ 'ਚ ਐਡੇ ਹੋ ਜਾਗੇ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਨੇ ਜੀ ਸਾਰਿਆਂ ਦੇ, ਵੈਲਕਮ ਟੂ ਦਾ ਚੈਨਲ ਫੈਂਟਮ ਸਿੰਘ ਕੈਨੇਡਾ, ਅਤੇ ਅੱਜ ਆ ਦੇਖੋ ਟਰੱਕ ਖੜਾ ਮੇਰੇ ਮਗਰ ਅਤੇ ਹੋਏ ਹੱਥ ਲੱਗ ਗਿਆ। ਸੋ ਅੱਜ ਦੀ ਵੀਡੀਓ ਹੋਊਗੀ ਜੀ ਟਰੈਕਿੰਗ ਦੇ ਉੱਤੇ, ਹੈ ਨਾ, ਟਰੱਕ ਇੰਡਸਟਰੀ ਵਿੱਚ ਕਿੰਨਾ ਕੁ ਸਕੋਪ ਆ, ਕੀ ਫਾਇਦਾ ਆ, ਕਿੰਨੇ ਕੁ ਪੈਸੇ ਆ, ਕਿੰਨੀ ਕੁ ਸੈਲਰੀ ਆ, ਔਖਾ ਸੌਖਾ ਕੰਮ, ਅਤੇ ਨਾਲ ਦੀ ਨਾਲ ਵੀ ਇਹਦੇ 'ਚ ਪੀ ਆਰ ਹੈਗੀ ਕਿ ਨਹੀਂ। ਠੀਕ ਆ, ਇਹ ਸਾਰੀਆਂ ਗੱਲਾਂ ਆਪਾਂ ਡਿਸਕਸ ਕਰਾਂਗੇ। ਇਸ ਵਿਸ਼ੇ ਉੱਤੇ ਮੇਰੇ ਨਾਲ ਗੱਲ ਕਰਨ ਲਈ ਹੈਗਾ ਜੀ ਮੇਰੇ ਨਾਲ ਮਨਿੰਦਰ ਸੌਂਦ। ਆ ਵੀ ਮਨਿੰਦਰ, ਕੀ ਹਾਲ ਆ? ਠੀਕ ਠਾਕ। ਹਾਂ, ਅਤੇ ਮਨਿੰਦਰ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਵੀ ਇਹ ਉਹ ਬੰਦਾ ਹੈ ਵੀ ਜਿਹਨੂੰ ਮੈਂ ਸਟੂਡੈਂਟ ਦੇਖਿਆ, ਅਤੇ ਸਟੂਡੈਂਟ ਤੋਂ ਵਰਕ ਪਰਮਿਟ 'ਤੇ ਹੋਇਆ, ਦੈਨ ਇਹਨੇ ਟਰੱਕ ਚਲਾਇਆ, ਅਤੇ ਦੈਨ ਇਸੇ ਲਾਈਨ ਦੇ ਵਿੱਚ ਇਹ ਪੀ ਆਰ ਹੋਇਆ। ਸੋ ਮੈਨੂੰ ਲੱਗਿਆ ਵੀ ਇਸ ਤੋਂ ਵਧੀਆ ਤਾਂ ਜੀ ਕੋਈ ਨਹੀਂ ਦੱਸ ਸਕਦਾ ਨਾ, ਇੱਕ ਖਾਸ ਕਰਕੇ ਨਵੇਂ ਬੰਦੇ ਵਾਸਤੇ ਵੀ ਇਸ ਲਾਈਨ 'ਚ ਪੈ ਕੇ ਕਮਾਈ ਕਰਕੇ ਅਤੇ ਪੀ ਆਰ ਹੋਣਾ, ਹੈ ਨਾ। ਸੋ ਸਾਰੀਆਂ ਗੱਲਾਂ ਆਪਾਂ ਡਿਸਕਸ ਕਰਦੇ ਮਨਿੰਦਰ ਨਾਲ। ਪਹਿਲਾਂ ਮੋਟਾ ਜਿਹਾ ਸਵਾਲ ਆ ਯਾਰ ਵੀ, ਜਿਹੜਾ ਕਿੱਦਾਂ ਵੀ ਟਰੈਕਿੰਗ ਵਾਲਾ ਕੰਮ ਸੌਖਾ ਆ ਕਿ ਔਖਾ ਆ, ਕਿ ਡਿਪੈਂਡ ਕਰਦਾ ਹਰੇਕ ਬੰਦੇ ਦੇ? ਟਰੈਕਿੰਗ ਵਾਲਾ ਦੇਖੋ, ਕੰਮ ਜੇ ਤੁਸੀਂ ਕੈਨੇਡਾ 'ਚ ਕੰਮ ਕਰਨਾ, ਤੁਸੀਂ ਕੰਮ ਕੋਈ ਵੀ ਸੌਖਾ ਨਹੀਂ ਹੈ। ਕੰਮ ਤਾਂ ਦੇਖੋ ਜੀ, ਹਰੇਕ 'ਤੇ ਮਿਹਨਤ ਲੱਗਦੀ ਆ, ਲਗਨ ਲੱਗਦੀ ਆ, ਪਰ ਜੇ ਤੁਸੀਂ ਆਪਦੀ ਇੱਛਾ ਨਾਲ ਕਰਦੇ ਹੋ, ਜੇ ਤੁਸੀਂ ਆਪਦੀ ਮਿਹਨਤ ਨਾਲ ਕਰਦੇ ਹੋ, ਸਾਰਾ ਕੁਛ ਤੁਹਾਡਾ ਫੋਕਸ ਹੋ ਕੇ ਕਰਦੇ ਹੋ ਕੰਮ, ਫਿਰ ਉਹ ਕੰਮ ਨਹੀਂ ਰਹਿੰਦਾ, ਉਹ ਫਿਰ ਇੱਕ ਜਰਨੀ ਬਣ ਜਾਂਦੀ ਤੁਹਾਡੇ ਵਾਸਤੇ, ਇੱਕ ਐਡਵੈਂਚਰ ਬਣ ਜਾਂਦਾ। ਅਸੀਂ ਐਸ ਇਹਨੂੰ ਕੰਮ ਵੀ ਲੈ ਕੇ ਚੱਲਦੇ ਹਾਂ, ਜ਼ਿੰਮੇਵਾਰੀ ਵੀ ਲੈ ਕੇ ਚੱਲਦੇ ਹਾਂ, ਐਡਵੈਂਚਰ ਵੀ ਲੈ ਕੇ ਚੱਲਦੇ ਹਾਂ, ਪਲੇਫੁਲਨੈਸ ਵੀ ਥੋੜ੍ਹੀ ਜਿਹੀ ਲੈ ਕੇ ਚੱਲਦੇ, ਉਹਦੇ ਨਾਲ ਫਿਰ ਆਏ ਹਾਂ ਵੀ ਨਾ ਬੰਦਾ, ਜੇ ਤੁਸੀਂ ਇਕੱਲਾ ਕੰਮ ਨੂੰ ਕੰਮ ਹੀ ਲੈ ਕੇ ਚੱਲੋਗੇ, ਉਹ ਫਿਰ ਉਹ 'ਚ ਬੰਦਾ ਬੋਰ ਵੀ ਹੋਣ ਲੱਗ ਜਾਂਦਾ, ਇਹਨੂੰ ਇੰਜੋਏ ਕਰੀਦਾ। ਅਤੇ ਮਨਿੰਦਰ, ਮੈਂ ਯਾਰ ਮੋਟਾ ਜਿਹਾ ਸਵਾਲ ਪੁੱਛਦਾ, ਕਿਉਂਕਿ ਟਰੱਕ ਦਾ ਸਾਈਜ਼ ਬਹੁਤ ਲਾਗੇ ਖੜ੍ਹ ਕੇ ਪਤਾ ਲੱਗਦਾ, ਦੂਰੋਂ ਚੱਲਦੇ ਲੱਗਦੇ ਆ ਵੀ ਇੱਦਾਂ ਇੱਦਾਂ, ਪਰ ਬਹੁਤ ਵੱਡੀ ਮਸ਼ੀਨ ਆ ਇੱਕ, ਇਹਨੂੰ ਕਿਵੇਂ ਹੈਂਡਲ ਕਰਦੇ ਹੋ ਯਾਰ, ਕਿੰਨਾ ਕੁ ਚਲਾਉਣਾ ਸੌਖਾ ਅਤੇ ਔਖਾ, ਉਹ ਦੱਸ ਮਾੜਾ, ਕਿੰਨਾ ਕੁ ਚਲਾਉਣਾ ਇਹਨੂੰ ਸੌਖਾ? ਮੈਂ ਦੱਸਦਾ ਹੁਣ, ਜਿਵੇਂ ਤੁਸੀਂ ਕਹਿ ਲਓ ਵੀ ਉਹ ਗੱਡੀ ਖੜੀ ਆ, ਠੀਕ ਆ, ਤੇ ਆਹ ਟਰੱਕ ਖੜਾ, ਗੱਡੀ ਤੇ ਟਰੱਕ ਦਾ ਜਿੱਥੇ ਆਪਾਂ ਸੀਟ ਬਹਿੰਦਾ ਡਰਾਈਵਰ, ਟਰੱਕ ਦੇ ਵਿੱਚ ਬਹਿੰਦਾ ਉੱਤੇ ਹੀ, ਜਜਮੈਂਟ ਉਵੇਂ ਹੋ ਜਾਂਦੀ ਆ। ਹੁਣ ਜਦੋਂ ਛੋਟੀ ਗੱਡੀ ਚਲਾਉਂਦੇ ਹੋ, ਫਿਰ ਐਸਯੂਵੀ ਚਲਾਉਣ ਲੱਗ ਜਾਂਦੇ, ਉਵੇਂ ਤੁਹਾਨੂੰ ਜਜਮੈਂਟ ਹੋ ਜਾਂਦੀ, ਉਵੇਂ ਟਰੱਕ ਆ, ਠੀਕ ਆ, ਤੁਹਾਨੂੰ ਜਜਮੈਂਟ ਹੋ ਜਾਂਦੀ, ਬਟ ਇਹਦੇ ਵਿੱਚ ਜ਼ਿਆਦਾ ਕਲੀਅਰ ਵਿਊ ਇਹਦੇ 'ਚ ਆਉਂਦਾ। ਮਤਲਬ ਲੇਟਰ ਔਨ ਮਤਲਬ ਚਲਾਉਣਾ ਸੌਖਾ ਇਹੀ ਲੱਗਦਾ, ਬਾਅਦ ਚ ਸੌਖਾ ਇਹੀ ਲੱਗਦਾ। ਠੀਕ ਆ, ਠੀਕ ਆ, ਠੀਕ ਆ। ਅੱਛਾ ਮਨਿੰਦਰ, ਤੇਰਾ ਕਿਵੇਂ ਵਿਚਾਰ ਬਣਿਆ ਵੀ ਮੈਂ ਇਸ ਲਾਈਨ 'ਚ ਪੈਣਾ? ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਕੋਈ ਮੌਕਾ ਦਿਖਿਆ ਤਾਂ ਕਰਕੇ ਇਦਾਂ? ਪਹਿਲਾਂ ਨਹੀਂ ਸੀ ਮੈਂ ਸੋਚਿਆ, ਪਹਿਲਾਂ ਐਕਚੁਅਲੀ ਮੇਰਾ ਹੈ ਵੀ ਨਹੀਂ ਸੀਗਾ ਵੀ ਟਰੈਕਿੰਗ ਦੇ ਵਿੱਚ ਜਾਣਾ, ਕਿਉਂਕਿ ਓਬਵੀਅਸਲੀ ਆਪਣੀ ਮੈਂਟੈਲਿਟੀ ਹੁੰਦੀ ਵੀ ਆਪਾਂ ਉਸ ਚੀਜ਼ ਨੂੰ ਮਾੜਾ ਸਮਝਦੇ ਹਾਂ, ਪਤਾ ਨਹੀਂ ਕੀ ਚੀਜ਼ ਹੈ ਨਾ, ਆਪਾਂ ਥੋੜ੍ਹੀ ਆਫਿਸ ਜੋਬ ਕਰਨੀ ਹੈ ਜੇ ਪੜ੍ਹਾਈ ਕੀਤੀ ਹੈ ਤਾਂ ਆਪਾਂ ਬੈਠ ਕੇ ਕੰਮ ਕਰਾਂ। ਬਟ ਫਿਰ ਕਈ ਵਾਰ ਤੁਹਾਡੀ ਆਪਦੀ ਮੈਂਟੈਲਿਟੀ ਉਸ ਚੀਜ਼ 'ਚ ਕੰਮ ਨਹੀਂ ਕਰਦੀ ਹੁੰਦੀ, ਜਦੋਂ ਤੁਸੀਂ ਸਟੱਡੀ ਕਰਦੇ ਹੋ, ਠੀਕ ਹੈ, ਤੁਸੀਂ ਓਬਵੀਅਸਲੀ ਬਹੁਤ ਜ਼ਿਆਦਾ ਪੈਸਾ ਲਾ ਦਿੰਦੇ ਹੋ, ਉਦੋਂ ਉਦੋਂ ਬਾਅਦ ਫਿਰ ਜਦੋਂ ਤੁਸੀਂ ਦੇਖਦੇ ਹੋ, ਫਿਰ ਤੁਸੀਂ ਅਬਜ਼ਰਵ ਕਰਦੇ ਹੋ, ਠੀਕ ਹੈ, ਅਬਜ਼ਰਵ ਕਰਦੇ ਹੋ, ਅਬਜ਼ਰਵ ਕਰਕੇ ਤੁਹਾਨੂੰ ਇਹ ਪਤਾ ਲੱਗਦਾ ਜੋ ਤੁਹਾਡੇ ਜਿਹੜੇ ਸੀਨੀਅਰਸ ਨੇ ਉਹ ਵੀ ਟਰੈਕਿੰਗ 'ਚ ਪੈ ਰਹੇ ਆ, ਤੁਹਾਡੇ ਜਿਹੜੇ ਹਾਣਦੇ ਸੀ ਉਹ ਵੀ ਟਰੈਕਿੰਗ 'ਚ ਪੈ ਰਹੇ ਆ, ਫਿਰ ਬੰਦਾ ਕਹਿੰਦਾ ਤੁਸੀਂ ਆਪਦਾ ਵੱਖਰਾ ਰਾਹ ਚੁਣਨ ਨਾਲੋਂ ਚੱਲ ਵੀ ਜਿੱਧਰ ਨੂੰ ਭੇਡ ਚਾਲ ਚੱਲਦੀ ਉਹ ਕਈ ਵਾਰ ਉੱਧਰ ਨੂੰ ਚੱਲਣਾ ਪੈਂਦਾ। ਉਦੋਂ ਬਾਅਦ ਫਿਰ ਦੋ ਤਿੰਨ ਕਾਰਨ ਇਹ ਬਣੇ ਵੀ ਇੱਕ ਟਰੈਕਿੰਗ ਦੇ ਵਿੱਚ ਉਹਨਾਂ ਟਾਈਮਾਂ ਦੇ ਵਿੱਚ ਮੈਂ ਗੱਲ ਕਰ ਰਿਹਾ 2017-18 ਦੀ, ਉਹਨਾਂ ਟਾਈਮਾਂ ਦੇ ਵਿੱਚ ਪੀ ਆਰ ਹੁੰਦੀ ਸੀਗੀ ਅਲਬਰਟਾ ਦੇ ਵਿੱਚ ਜਾ ਕੇ, ਉਹ ਸਿਰਫ ਤਾਂ ਸਿਰਫ ਤੁਸੀਂ ਉੱਥੇ ਇੱਕ ਕੰਪਨੀ ਦੇ ਵਿੱਚ ਟਰੱਕ ਚਲਾਉਣਾ ਸੀ, ਇੱਕ ਜੋਬ ਲੈਟਰ ਲੈਣੀ ਹੁੰਦੀ ਕੰਪਨੀ ਤੋਂ, ਅਤੇ ਉਹ ਸਿੰਪਲ ਸਿੰਪਲ ਉਹ ਤੁਹਾਡੀ ਪੀ ਆਰ ਹੋ ਜਾਂਦੀ ਸੀ ਉਹਦੇ ਵਿੱਚ, ਉਹ ਸਿੰਪਲ ਪ੍ਰੋਸੈਸ ਥਰੂ ਪਹਿਲਾਂ ਅਲਬਰਟਾ ਦੀ ਪੀ ਆਰ ਵੀ ਹੁੰਦੀ ਸੀ, ਫਿਰ ਉਦੋਂ ਬਾਅਦ ਫੈਡਰਲ ਤੁਸੀਂ ਫਾਈਲ ਲਾ ਕੇ ਅਤੇ ਉਹ ਤੁਹਾਡੀ ਫਾਈਲ ਲੱਗ ਜਾਂਦੀ ਸੀਗੀ, ਹੈ ਨਾ। ਮੈਂ ਉਸ ਪ੍ਰੋਸੈਸ ਥਰੂ ਪੱਕਾ ਹੋਇਆ ਅਤੇ ਫਿਰ ਮੇਰਾ ਕਾਰਨ ਉਹ ਬਣ ਗਿਆ ਸਭ ਤੋਂ ਵੱਡਾ। ਠੀਕ ਆ, ਠੀਕ ਆ, ਠੀਕ ਆ, ਮੈਂ ਕਿਹਾ ਵੀ ਜੇ ਤੁਸੀਂ ਇੱਕ ਤਾਂ ਚਾਰ ਪੈਸੇ ਵਿੱਚ ਬਣ ਜਾਂਦੇ ਆ, ਇੱਕ ਤੁਸੀਂ ਨਵੀਂ ਦੁਨੀਆਂ ਦੇਖਦੇ ਹੋ, ਇੱਕ ਤੁਹਾਡਾ ਜਿਹੜਾ
ਸੋਚਣ ਦਾ ਜਿਹੜਾ ਹੁੰਦਾ ਢੰਗ ਉਹ ਵੱਡਾ ਹੁੰਦਾ, ਪੈਰਾ ਵੱਡਾ ਹੁੰਦਾ. ਤੁਸੀਂ ਬ੍ਰੈਂਪਟਨ ਚ ਨਹੀਂ ਇਕੱਲੇ ਰਹਿੰਦੇ, ਤੁਸੀਂ ਇਕੱਲੇ ਕੈਲਗਰੀ ਚ ਨਹੀਂ ਰਹਿੰਦੇ, ਤੁਸੀਂ ਇਕੱਲੇ ਨਿਊਯਾਰਕ ਚ ਨਹੀਂ ਰਹਿੰਦੇ, ਤੁਸੀਂ ਸਾਰੀ ਚੀਜ਼ਾਂ ਘੁੰਮ. ਅੱਛਾ, ਤੇ ਉਦਾਂ ਮਨਿੰਦਰ ਤੇਰੀ ਪੜ੍ਹਾਈ ਕਿਹੜੀ ਕੀਤੀ ਹੋਈ ਆ? ਮਤਲਬ ਕਿਉਂਕਿ ਲੋਕਾਂ ਨੂੰ ਇਹ ਵੀ ਹੁੰਦਾ ਯਾਰ ਵੀ ਪੜ੍ਹਾਈ ਕਿਹੜੀ ਕੀਤੀ ਤੇ ਲਾਈਨ ਚ ਕਿਹੜੀ ਚ ਪਾਈ, ਹੈ ਨਾ? ਤੇ ਉਸ ਕਿਹੜੀ ਸਟੱਡੀ ਕੀਤੀ ਸੀ? ਸਟੱਡੀ ਮੇਰੀ ਸੀ ਜੀ ਸਿੰਪਲ ਬਿਜ਼ਨਸ, ਜਨਰਲ ਬਿਜ਼ਨਸ ਮੇਰੀ ਸਟੱਡੀ ਸੀਗੀ. ਠੀਕ ਆ, ਇੱਥੇ ਵੈਸੇ ਸਟੱਡੀ ਦਾ ਕੋਈ ਡਬਲ ਲਿੰਕ ਨਹੀਂ ਹੈਗਾ. ਜੇ ਤੁਸੀਂ ਪੱਕੇ ਹੋਣਾ ਤੁਸੀਂ ਕੁਛ ਵੀ ਕਰਕੇ ਹੋ ਜਾਣਾ, ਬਟ ਜੇ ਤੁਹਾਡੇ ਕੋਲ ਟ੍ਰੇਡ ਵਾਲਾ ਕੰਮ ਹੈਗਾ ਉਹਦੇ ਵਿੱਚ ਫਿਰ ਤੁਹਾਡੀ ਸਟੱਡੀ ਵੀ ਨਹੀਂ ਮੈਟਰ ਕਰਦੀ. ਪਰ ਮੇਰੀ ਬੇਸਿਕਲੀ ਸਟੱਡੀ ਸੀਗੀ ਜਨਰਲ ਆਪਣਾ ਬਿਜ਼ਨਸ ਕਹਿ ਲਓ. ਟਰੈਕਿੰਗ ਦੇ ਵਿੱਚ ਸਿਰਫ ਉਹਨਾਂ ਨੂੰ ਇਹ ਨਹੀਂ ਹੁੰਦਾ ਐਟ ਦ ਐਂਡ ਵੀ ਤੁਸੀਂ ਸਟੱਡੀ ਕਿਹੜੀ ਕੀਤੀ ਹੋ. ਉਹ ਹੁਣ ਥੋੜਾ ਜਿਹਾ ਹੋਰ ਵੀ ਹੁਣ ਬਿਗ ਪਿਕਚਰ ਤੋਂ ਸ਼ੁਰੂ ਕਰਦੇ ਆ ਨਾ, ਵੀ ਲਾਇਸੈਂਸ ਤੋਂ ਸਟਾਰਟ ਹੁੰਦਾ ਟਰੱਕ ਡਰਾਈਵਰ ਦਾ ਇੱਕ ਕੈਰੀਅਰ, ਉਹ ਕਿਵੇਂ ਕਿਵੇਂ ਕੀ ਪ੍ਰੋਸੈਸ ਆ ਤੇ ਕੀ ਪ੍ਰੋਸੈਸ ਆ ਮਨਿੰਦਰ ਇਹਦੇ ਲਾਇਸੈਂਸ ਦਾ ਕੀ ਪ੍ਰੋਸੈਸ ਆ? ਕਿਉਂਕਿ ਡਿਫਰੈਂਟ ਪ੍ਰੋਵਿੰਸਾਂ 'ਚ ਬਣਦਾ ਹੈ ਨਾ, ਵੱਖ ਵੱਖਰੇ ਪ੍ਰੋਵਿੰਸਾਂ ਦਾ ਕੀ ਹਿਸਾਬ ਆ ਤੇ ਕਿੰਨੇ ਕੁ ਪੈਸੇ ਲੱਗਦੇ ਆ ਤੇ ਤੂੰ ਕਿੰਨੇ 'ਚ ਬਣਵਾਇਆ? ਦੇਖੋ ਗੱਲ ਇਹ ਪੁਰਾਣੇ ਟਾਈਮਾਂ ਦੀ ਆ, ਠੀਕ ਆ, ਜਦੋਂ ਟਰੱਕ ਦਾ ਲਾਇਸੈਂਸ 2000 ਤੇ ਬਣਦਾ ਹੁੰਦਾ ਸੀ. ਅੱਛਾ ਅੱਛਾ, ਠੀਕ ਆ. ਮੇਰਾ ਕੀ ਹਿਸਾਬ ਸੀਗਾ, ਮੈਂ ਆਪਦਾ ਦੱਸ ਦਿੰਦਾ ਲੋਕਾਂ ਦਾ, ਆਪਾਂ ਕੁਛ ਕਹਿ ਨਹੀਂ ਸਕਦੇ. ਠੀਕ ਆ, ਆਪਾਂ ਮੇਰਾ ਸੀਗਾ ਵੀ ਮੈਂ ਜਦੋਂ ਟੋਰਾਂਟੋ ਦੇ ਵਿੱਚ ਇੱਥੇ ਸਟੱਡੀ ਕੀਤੀ ਆ ਸ਼ੈਲਟਨ ਕਾਲਜ ਦੇ ਵਿੱਚ, ਉਸ ਤੋਂ ਬਾਅਦ ਮੇਰੇ ਕੋਲ ਪਹਿਲਾਂ ਲਰਨਿੰਗ ਲਾਇਸੈਂਸ ਬਣਾਇਆ G1 ਕਹਿੰਦੇ ਆ, ਫਿਰ ਮੈਂ G2 ਬਣਾਇਆ ਜਿਹੜਾ ਆਪਾਂ ਲੋਕਲ ਸੜਕਾਂ ਵਾਲਾ, ਫਿਰ ਹਾਈਵੇ ਵਾਲਾ G ਲਾਇਸੈਂਸ ਬਣਾ ਕੇ ਇਹ ਬ੍ਰੇਕਾਂ ਦਾ ਟੈਸਟ ਦੇ ਕੇ ਫਿਰ ਮੈਂ ਕੈਲਗਰੀ ਚਲਾ ਗਿਆ. ਠੀਕ ਆ, ਕੈਲਗਰੀ ਜਾ ਕੇ ਫਿਰ ਉੱਥੇ ਜਾ ਕੇ ਉਹ ਸਾਰੀਆਂ ਚੀਜ਼ਾਂ ਮਤਲਬ ਕਿ ਅਪਰੂਵ ਕਰ ਲਈਆਂ ਉਹਨਾਂ ਨੇ. ਉਹਨਾਂ ਨੇ ਮੈਨੂੰ ਆਪਦਾ ਅਲਬਰਟਾ ਦਾ ਲਾਇਸੈਂਸ ਬਣਾ ਕੇ ਦਿੱਤਾ, ਜਿਹੜਾ ਮੇਰੇ ਕੋਲ ਇੱਥੋਂ ਦਾ G ਤੇ ਏਅਰ ਬ੍ਰੇਕਾਂ ਵਾਲਾ ਸੀਗਾ, ਉੱਥੋਂ ਦਾ ਕਲਾਸ 5 ਕਰਕੇ ਲਾਇਸੈਂਸ. ਫਿਰ ਉੱਥੇ ਜਾ ਕੇ ਟਰੱਕ ਦਾ ਫਿਰ ਸਾਰਾ ਪ੍ਰੋਸੈਸ ਉੱਥੇ ਸਟਾਰਟ ਕੀਤਾ. ਸਾਰਾ ਮੇਰਾ $1800 ਜਾਂ ਹੱਦ $2000 ਲੱਗਾ ਮੇਰਾ A2Z ਦੇ ਵਿੱਚ. ਅਤੇ ਹਫ਼ਤੇ ਬਾਅਦ ਮੇਰੇ ਕੋਲ ਮੈਂ ਲਾਇਸੈਂਸ ਦਾ ਟੈਸਟ ਦੇ ਦਿੱਤਾ ਸੀ, ਮੈਂ ਪਾਸ ਹੋ ਗਿਆ. ਓਕੇ, ਉਦੋਂ ਬਾਅਦ ਦੂਜੇ ਹਫ਼ਤੇ ਮੈਂ ਪਾਸ ਹੋ ਗਿਆ. ਤੇ ਮਨਿੰਦਰ ਅੱਜ ਦੇ ਟਾਈਮ ਦੇ ਵਿੱਚ ਹੁਣ ਕਿੰਨਾ ਕੁ ਟਾਈਮ ਲੱਗ ਜਾਂਦਾ ਲਾਈ ਉਹ ਸੱਚ ਟਾਈਮ ਨਹੀਂ ਪੈਸੇ ਕਿੰਨੇ ਕੁ ਲੱਗ ਜਾਂਦੇ ਆ? ਕਿਉਂਕਿ ਕਹਿੰਦੇ ਆ ਵੀ ਮਹਿੰਗਾ ਹੋ ਗਿਆ ਨਾ, ਕਿੰਨੇ ਕੁ ਪੈਸੇ ਲੱਗ ਜਾਂਦੇ? ਅੱਜ ਦੇ ਟਾਈਮ ਦੇ ਵਿੱਚ ਕਾਫੀ ਮਹਿੰਗਾ ਹੋ ਗਿਆ ਇਸ ਗੱਲ ਕਰਕੇ ਕਿਉਂਕਿ ਵੀ ਐਕਸੀਡੈਂਟਸ ਕਾਫੀ ਹੋਏ ਸੀਗੇ ਪਿੱਛੇ ਜੇ. ਬਰੋਪੋਸ ਦਾ ਹਾਦਸਾ ਹੋਇਆ ਸੀਗਾ ਹਾਕੀ ਦੇ, ਪਤਾ ਨਹੀਂ 15-16 ਮੁੰਡੇ ਮਰ ਗਏ ਸੀਗੇ, ਉਹ ਵੀ ਇੱਕ ਮਾੜੀ ਜਿਹੀ ਗਲਤੀ ਕਰਕੇ. ਉਹ ਹੁਣ ਉਹਦੇ ਕਰਕੇ ਕੀ ਹੋਇਆ ਫਿਰ ਸਾਰੀ ਪ੍ਰੋਵਿੰਸਾਂ ਨੇ ਰੂਲ ਸਖ਼ਤ ਕਰਤੇ ਆ, ਕਰਨ ਨੂੰ ਤਾਂ ਫਿਰਦੇ ਸੀਗੇ, ਬਟ ਇਹਦੇ ਨਾਲ ਉਹਨਾਂ ਨੂੰ ਬਹਾਨਾ ਮਿਲ ਗਿਆ ਵੀ ਹੁਣ ਨਹੀਂ ਜੀ, ਹੁਣ ਤਾਂ ਕਰਨੇ ਹੀ ਪੈਣੇ ਆ. ਕੈਲਗਰੀ ਦੇ ਵਿੱਚ ਅਲਬਰਟਾ 'ਚ ਦੇਖਿਆ ਜਾਵੇ 10,000 ਦਾ ਲਾਇਸੈਂਸ ਅੱਜ ਦੇ ਟਾਈਮ ਦੇ ਵਿੱਚ. ਵਿਨੀਪੈਗ 'ਚ ਦੇਖਿਆ ਜਾਵੇ ਉੱਥੇ ਵੀ 7,000-8,000 ਦਾ ਲਾਇਸੈਂਸ ਹੈਗਾ ਗਾ. ਉਹ ਉੱਥੇ ਡਿਪੈਂਡ ਕਰਦਾ, ਕਈ ਵਾਰ ਤੁਹਾਨੂੰ ਸਰਕਾਰ ਦੇ ਦਿੰਦੀ ਹੈ ਜਦੋਂ ਤੁਹਾਡੇ ਕੋਲ ਲੋ ਇਨਕਮ ਹੋਵੇ. ਇੱਧਰ ਟੋਰਾਂਟੋ ਦੇ ਵਿੱਚ ਤੁਹਾਡੇ ਕੋਲ 7-8,000 ਦਾ ਲਾਇਸੈਂਸ ਇੱਥੇ ਬਣ ਜਾਂਦਾ ਗਾ. ਓਕੇ ਓਕੇ, ਮਤਲਬ 7-8,000 ਤੋਂ ਥੱਲੇ ਨਹੀਂ ਕੋਈ ਰਹਿ ਗਿਆ? ਐਵਰੇਜ ਤੁਸੀਂ 7,000 ਲਾ ਕੇ ਚੱਲੋ, 8,000 ਲਾ ਕੇ ਚੱਲੋ. ਠੀਕ ਆ, ਤੇ BC ਦਾ ਆਪਾਂ ਕੁਛ ਕਹਿ ਨਹੀਂ ਸਕਦੇ, ਉੱਥੇ ਤਾਂ ਸ਼ੁਰੂ ਤੋਂ ਹੀ ਮਹਿੰਗਾ ਸੀਗਾ. ਠੀਕ ਆ, ਤੇ ਮਨਿੰਦਰ ਟਾਈਮ ਕਿੰਨਾ ਕੁ ਲੱਗ ਜਾਂਦਾ? ਇਹ ਤਾਂ ਹੋ ਗਏ ਪੈਸੇ, ਹੁਣ ਟਾਈਮ ਕਿੰਨਾ ਕੁ ਲੱਗ ਜਾਂਦਾ? ਟਾਈਮ ਲੱਗ ਜਾਂਦਾ ਜੀ 1.5 ਮਹੀਨਾ, ਇੱਕ ਹਿਸਾਬ ਦਾ ਹੁਣ ਕੋਰਸ ਬਣ ਗਿਆ ਪ੍ਰੋਪਰ, 1.5-2 ਮਹੀਨੇ ਲੱਗ ਜਾਂਦੇ ਆ. ਅੱਜ ਦੇ ਰੂਲਾਂ ਦਾ ਮੈਂ ਐਗਜੈਕਟਲੀ ਨਹੀਂ ਕਹਿ ਸਕਦਾ, ਪਰ ਜਿੰਨਾ ਮੈਨੂੰ ਪਤਾ 1.5-2 ਮਹੀਨੇ ਆਰਾਮ ਨਾਲ ਹੱਸ ਕੇ ਲੱਗਦੇ ਆ. ਉਹ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦਿੰਦੇ ਆ, ਪ੍ਰੋਪਰ ਤੁਹਾਨੂੰ ਗਾਈਡੈਂਸ ਦਿੰਦੇ ਆ, ਖਾਲੀ ਲੋਡ ਦੇ ਵੀ ਚਲਾ ਕੇ ਦੇਖਦੇ ਆ, ਜਦੋਂ ਕੋਈ ਤੁਹਾਡੇ ਕੋਲ ਫੁੱਲ ਟ੍ਰੇਲਰ ਲੋਡਡ ਆ ਉਹ 'ਤੇ ਵੀ ਚਲਵਾ ਕੇ ਦੇਖਦੇ ਤਾਂ ਕਿ ਬੰਦੇ ਨੂੰ ਐਕਸਪੀਰੀਅੰਸ ਹੋਵੇ. ਅਤੇ ਬਾਕੀ ਅਸਲੀ ਐਕਸਪੀਰੀਅੰਸ ਆ ਤੁਹਾਨੂੰ ਮੇਰੇ ਟਰੱਕ 'ਤੇ ਚੜ੍ਹ ਕੇ ਆਪਣਾ ਬਾਈ ਰੋਡ 'ਤੇ ਹੁੰਦਾ ਹੈਗਾ. ਹੁਣ ਅੱਜ ਦੇ ਟਾਈਮ 'ਚ ਜੇ ਗੱਲ ਕਰੀਏ ਸਭ ਤੋਂ ਸਸਤਾ ਲਾਇਸੈਂਸ ਕਿੱਥੇ ਬਣ ਸਕਦਾ, ਕਿਹੜੇ ਪ੍ਰੋਵਿੰਸ ਵਿੱਚ ਅੱਜ ਦੇ ਟਾਈਮ 'ਚ ਕੋਈ ਹੈਗਾ? ਟੋਰਾਂਟੋ ਦੇ ਵਿੱਚ, ਟੋਰਾਂਟੋ 'ਚ ਬਣ ਸਕਦਾ ਹੈਗਾ. ਅੱਛਾ, ਟੋਰਾਂਟੋ 'ਚ ਸਸਤਾ. ਟੋਰਾਂਟੋ ਦੇ ਵਿੱਚ ਇੱਕ ਦੋ ਗੱਲਾਂ ਇਹ ਵੀ ਨੇ, ਇੱਥੇ ਵਿਜ਼ਟਰਸ ਨੂੰ ਵੀ ਟਰੱਕ ਦਾ ਲਾਇਸੈਂਸ ਮਿਲ ਜਾਂਦਾ. ਓਕੇ ਓਕੇ, ਠੀਕ ਆ. ਹੋਰ ਪ੍ਰੋਵਿੰਸਾਂ 'ਚ ਵਿਜ਼ਟਰ ਨੂੰ ਟਰੱਕ ਦਾ ਲਾਇਸੈਂਸ ਨਹੀਂ ਬਣਵਾ ਦਿੰਦੇ, ਈਵਨ ਕੋਈ ਲਾਇਸੈਂਸ ਵੀ ਨਹੀਂ ਬਣਵਾ ਦਿੰਦੇ ਟਰੱਕ ਦੀ ਗੱਲ ਛੱਡੋ ਤੁਸੀਂ. ਜਿਵੇਂ ਕਈਆਂ ਕੋਲ ਇੰਡੀਆ ਦਾ ਜਿਵੇਂ ਲਾਇਸੈਂਸ ਹੁੰਦਾ ਹੈਵੀ ਵਾਲਾ ਬਣਾਇਆ ਹੁੰਦਾ ਨਾ ਕਈਆਂ ਨੇ, ਤੇ ਉਹਦਾ ਕੋਈ ਫਾਇਦਾ ਹੁੰਦਾ ਇੱਥੇ ਆ ਕੇ ਹੈਵੀ ਲਾਇਸੈਂਸ ਦਾ? ਇੱਥੇ ਲਾਇਸੈਂਸ ਦਾ ਉਦੋਂ ਫਾਇਦਾ ਹੁੰਦਾ ਜਦੋਂ ਤੁਸੀਂ ਕਿਸੇ ਆਪਣਾ ਕੰਪਨੀ ਕੋਲ LMI ਲੈਣੀ ਹੋਵੇ. ਓਕੇ, ਉਹਦੇ ਵਿੱਚ ਸ਼ੋਅ ਹੋ ਜਾਂਦਾ ਤੁਸੀਂ ਪਿੱਛੇ ਇੰਡੀਆ ਟਰੱਕ ਚਲਾਉਂਦੇ ਰਹੇ ਹੋ, ਤੁਹਾਡਾ ਆਪਦਾ ਟਰੱਕ ਸੀ ਹੈਵੀ ਲਾਇਸੈਂਸ ਸੀਗਾ ਤੁਹਾਡੇ ਕੋਲ, ਉਹਦੇ ਵਿੱਚ ਸ਼ੋਅ ਹੋ ਜਾਂਦਾ ਵੀ ਹਾਂਜੀ ਪਿੱਛੇ ਟਰੱਕ ਚਲਾਉਂਦਾ ਰਿਹਾ. ਜਿਵੇਂ ਦੁਬਈ ਵਾਲੇ ਆਪਣੇ ਡਰਾਈਵਰ ਹੁੰਦੇ ਬਹੁਤ ਇੱਥੇ ਆ, ਉਹ LMI ਥਰੂ ਆਉਂਦੇ ਆ. ਓਕੇ, ਉਹ ਵੀ ਸ਼ੋਅ ਕਰਦੇ ਆ ਵੀ ਸਾਡੇ ਕੋਲ ਉੱਥੇ ਕਮਰਸ਼ੀਅਲ ਲਾਇਸੈਂਸ ਸੀਗਾ. ਠੀਕ ਆ, ਹੈਵੀ ਵਹੀਕਲ ਲਾਇਸੈਂਸ ਸੀ. ਤੇ ਉਹ ਤਾਂ ਉਸ ਲਾਇਸੈਂਸ ਦਾ ਜਿਵੇਂ ਹੁਣ ਅਟਾਰੀਓ 'ਚ ਆਪਾਂ ਮੱਲ ਬਣਵਾਉਣਾ ਲਾਇਸੈਂਸ ਹੈ ਨਾ, ਤਾਂ ਥੋੜ੍ਹੀ ਰਿਆਇਤ ਮਿਲਦੀ ਆ ਐਕਸਪੀਰੀਅੰਸ ਦੇ ਵਿੱਚ? ਆ ਇੰਡੀਆ ਵਾਲੇ ਦਾ ਨਹੀਂ ਮੈਂ ਕਹਿ ਸਕਦਾ, ਪਰ ਦੁਬਈ ਵਾਲਿਆਂ ਨੂੰ ਬਹੁਤ ਰਿਆਇਤ ਮਿਲਦੀ ਆ ਕਿਉਂਕਿ ਦੁਬਈ ਦਾ ਜਿਹੜਾ ਟਰੱਕ ਦਾ ਲਾਇਸੈਂਸ ਆ ਉਹ ਬਹੁਤ ਵਰਲਡ ਦੇ ਵਿੱਚ ਮਸ਼ਹੂਰ ਆ, ਤਾਂ ਕਰਕੇ ਫਿਰ ਉਹਨਾਂ ਨੂੰ ਕਾਫੀ ਰਿਆਇਤ ਮਿਲ ਜਾਂਦੀ. ਉਹਨਾਂ ਨੂੰ ਸਿਰਫ ਆ ਕੇ ਤੇ ਟਰੱਕ ਦਾ ਟੈਸਟ ਦੇਣਾ ਹੁੰਦਾ ਤੇ ਸਾਰਾ ਕੁਝ ਉਹਨਾਂ ਦਾ ਰਾਈਟ ਵੇ ਹੁੰਦਾ, ਕੋਈ ਟਾਈਮ ਨਹੀਂ ਪੈਂਦਾ ਵਿੱਚ, ਕਈ ਵਾਰ 10-10 ਮਹੀਨੇ 1 ਸਾਲ ਪੈ ਜਾਂਦਾ ਹਰੇਕ ਲਾਇਸੈਂਸ ਦੇ ਵਿੱਚ. ਪਹਿਲਾਂ ਤੁਸੀਂ ਗੱਡੀ ਦਾ ਬਣਾਓ ਜੀ, ਫਿਰ ਟਰੱਕ ਦਾ,
ਹਾਂ ਚੱਲਦੇ ਆ ਇੱਕ ਕੰਪਨੀ ਟੂ ਕੰਪਨੀ ਡਿਪੈਂਡ ਕਰਦਾ ਹੁੰਦਾ ਕਈ ਵਾਰ ਕੰਪਨੀ ਮੰਗਦੀ ਆ ਵੀ ਨਹੀਂ ਸਾਨੂੰ ਜੀ ਅਲਬਰਟਾ ਦਾ ਲਾਇਸੈਂਸ ਹੀ ਚਾਹੀਦਾ ਜਾਂ ਸਾਨੂੰ ਮੈਨੀਟੋਬਾ ਦਾ ਲਾਇਸੈਂਸ ਹੀ ਚਾਹੀਦਾ ਓਕੇ ਜੌਬ ਦੇਣ ਲੱਗੇ ਜੌਬ ਦੇਣ ਲੱਗੇ ਕਈ ਵਾਰ ਅੰਟਾਰੀਓ ਦੀਆਂ ਕੰਪਨੀਆਂ ਦੇ ਵਿੱਚ ਬਹੁਤ ਮੁੰਡੇ ਕੰਮ ਇਦਾਂ ਦੇ ਕੰਮ ਕਰਦੇ ਜਿਨ੍ਹਾਂ ਦਾ ਅਲਬਰਟਾ ਦਾ ਲਾਇਸੈਂਸ ਬਣਿਆ ਗਿਆ ਕਿਉਂਕਿ ਉਹਨਾਂ ਟਾਈਮਾਂ 'ਚ ਉਦੋਂ ਸਸਤਾ ਬਣਦਾ ਸੀ ਠੀਕ ਆ ਠੀਕ ਆ ਮਹਿੰਗਾ ਹੋ ਗਿਆ ਸੀ ਤੇ ਹੁਣ ਯਾਰ ਅੱਗੇ ਇੱਕ ਗੱਲ ਹੋਰ ਆ ਜਾਂਦੀ ਆ ਨਾ ਵੀ ਜਾਂ ਸਿਟੀ ਡਰਾਈਵਰ ਹੁੰਦੇ ਨੇ ਜਾਂ ਫਿਰ ਹੁੰਦੇ ਲੌਂਗ ਰੂਟ ਵਾਲੇ ਹਨਾ ਤੇ ਦੋਵਾਂ ਚੋਂ ਤੈਨੂੰ ਕੀ ਫਰਕ ਲੱਗਦਾ ਕੀ ਫਰਕ ਆ ਪ੍ਰਾਈਸ ਦਾ ਫਰਕ ਆ ਤੇ ਹੋਰ ਕੀ ਫਰਕ ਆ ਮਤਲਬ ਦੋਵਾਂ ਦੇ ਵਿੱਚ ਪਹਿਲੀ ਗੱਲ ਤਾਂ ਜੀ ਆਰਾਮਦਾਰੀ ਦਾ ਫਰਕ ਆ ਹਾਂ ਠੀਕ ਆ ਹੁਣ ਲੌਂਗ ਰੂਟ ਦਾ ਟਰੱਕ ਇਹ ਹੈਗਾ ਕੈਲਗਰੀ ਤੋਂ ਆਇਆ ਹਨਾ ਨੰਬਰ ਪਲੇਟ ਅਲਬਰਟਾ ਦੀ ਲੱਗੀ ਵੀ ਆ ਹਾਂ ਹਾਂ ਕੈਲਗਰੀ ਤੋਂ ਮੈਂ ਕੱਲਾ ਚਲਾ ਕੇ ਲੈ ਗਿਆ ਠੀਕ ਆ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਸੇਫੈਸਟ ਹੈਗਾ ਲੌਂਗ ਰੂਟ ਦਾ ਟਰੱਕ ਚਲਾਉਣਾ ਉਹ ਕਿਉਂ ਕਿਉਂਕਿ ਸਰ ਤੁਸੀਂ ਆਪਦੇ ਟਰੱਕ 'ਚ ਹੁੰਦੇ ਹੋ ਇਕੱਲੇ ਹੁੰਦੇ ਹੋ ਤੁਹਾਨੂੰ ਪਤਾ ਵੀ ਮੈਂ ਆਹ ਚੀਜ਼ਾਂ ਨੂੰ ਹੱਥ ਲਾਇਆ ਤੁਸੀਂ ਤੇਰੇ ਮੂੰਹ ਨੂੰ ਹੱਥ ਲਾਉਂਦੇ ਹੋ ਖਾਣੇ ਪੇਪਰ ਫੜਾਉਣਾ ਹੁੰਦਾ ਠੀਕ ਆ ਪੇਪਰ ਫੜਾ ਕੇ ਫਿਰ ਤੁਸੀਂ ਕਦੇ ਲੈਂਡਿੰਗ ਗੇਅਰ ਚੱਕਣਾ ਹੁੰਦਾ ਕਦੇ ਠਾਂ ਕਰਨਾ ਹੁੰਦਾ ਤੁਹਾਡੇ ਮਤਲਬ ਕਿ ਟਰੱਕ ਤੋਂ ਤੁਸੀਂ ਜ਼ਿਆਦਾ ਬਾਹਰ ਫ੍ਰੀਕੁਐਂਟਲੀ ਜ਼ਿਆਦਾ ਬਾਹਰ ਨਿਕਲਦੇ ਹੋ ਲੌਂਗ ਰੂਟ ਦੇ ਠੀਕ ਆ ਠੀਕ ਆ ਤੇ ਜਿਹੜੀ ਗੱਲ ਤੁਸੀਂ ਕੀਤੀ ਸੀਗੀ ਉਹਦੇ ਵਿੱਚ ਇਹ ਆ ਵੀ ਲੌਂਗ ਰੂਟ ਦੇ ਵਿੱਚ ਉਹਦਾ ਆਪਦਾ ਫਨ ਆ ਸ਼ਾਰਟ ਰਨ ਦਾ ਆਪਦਾ ਫਨ ਆ ਜਿਹੜਾ ਲੋਕਲ ਲੋਕਲ ਆ ਉਹ ਬੰਦਾ ਸ਼ਾਮ ਨੂੰ ਘਰੇ ਆ ਜਾਂਦਾ ਠੀਕ ਆ ਪੈਸੇ ਵੀ ਚਲੋ ਥੋੜੇ ਜਿਹੇ ਘੱਟ ਬਣ ਜਾਂਦੇ ਆ ਬਟ ਜਿਹੜਾ ਲੌਂਗ ਰੂਟ ਆ ਲੌਂਗ ਰੂਟ ਦੇ ਵਿੱਚ ਤੁਹਾਨੂੰ ਫਿਰ ਤੁਹਾਨੂੰ ਪਤਾ ਇੱਕ ਪ੍ਰੋਵਿੰਸ ਤੋਂ ਦੂਜੀ ਪ੍ਰੋਵਿੰਸ ਦੇ ਵਿੱਚ ਜਾਣਾ ਪੈਂਦਾ ਦੋ ਤਿੰਨ ਜਾਂ ਸੱਤ ਅੱਠ ਦਿਨਾਂ ਦਾ ਵੀ ਟਰਿਪ ਬਣ ਜਾਂਦਾ ਅਮਰੀਕਾ ਹੋ ਗਿਆ ਤੇ ਉਹਦਾ ਪੈਸੇ ਵੱਧ ਬਣ ਜਾਂਦੇ ਆ ਲੌਂਗ ਰੂਟ ਦੇ ਵਿੱਚ ਐਸ ਕੰਪੈਰੇਟਿਵਲੀ ਜਿਹੜੇ ਹੁੰਦੇ ਆ ਹਾਈਵੇ ਜਾਂ ਜਿਹੜੇ ਲੋਕਲ ਕਹਿੰਦੇ ਆ ਲੋਕਲ ਨਾਲੋਂ ਥੋੜੇ ਜਿਹੇ ਪੈਸੇ ਜ਼ਿਆਦਾ ਬਣ ਜਾਂਦੇ ਆ ਤੇ ਇੱਕ ਗੱਲ ਹੋਰ ਆ ਜਿਵੇਂ ਤੂੰ ਕਹਿੰਦਾ ਲੌਂਗ ਰੂਟ ਤੇ ਵੀ ਸੱਤ ਸੱਤ ਦਿਨ ਬਾਹਰ ਰਹਿਣਾ ਪੈਂਦਾ ਆ ਤੇ ਉੱਥੇ ਫਿਰ ਰੋਟੀ ਪਾਣੀ ਦਾ ਥੋੜਾ ਕਿਵੇਂ ਚੱਲਦਾ ਆ ਰੋਟੀ ਪਾਣੀ ਇਹ ਤੁਹਾਨੂੰ ਸਾਰਾ ਮੈਨੇਜ ਕਰਨਾ ਪੈਂਦਾ ਹੁਣ ਜਿਵੇਂ ਜਿਹੜਾ ਬੰਦਾ ਹੁਣ ਕੰਸਟਰਕਸ਼ਨ ਦਾ ਕੰਮ ਕਰਦਾ ਸਾਡੇ ਨਾਲ ਉਹ ਰੋਟੀ ਪਾਣੀ ਜਾਂ ਫਰੂਟ ਜਾਂ ਕੁਛ ਵੀ ਆ ਉਹ ਖਰਚਾ ਦੇਖਾਊਗਾ ਐਸ ਕੰਪੇਅਰ ਟੂ ਅਸੀਂ ਟਰੱਕ ਡਰਾਈਵਰ ਹੁਣ ਅਸੀਂ ਸੀਟ ਤੇ ਬੈਠ ਰਹੇ ਹਾਂ ਸਾਨੂੰ ਪਤਾ ਜੀ ਅਸੀਂ ਖਾਈ ਗਏ ਅਸੀਂ ਤਾਂ ਦੋਵਾਂ ਸਾਲਾਂ 'ਚ ਐਡੇ ਹੋ ਜਾ ਕੇ ਠੀਕ ਆ ਮੋਟਾ ਹੋਇਆ ਲੱਗਦਾ ਢਿੱਡ ਨਾਲੇ ਤੇ ਨਹੀਂ ਇਹ ਢਿੱਡ ਠੀਕ ਆ ਮੈਂ ਸਲੈਮਟਰ ਮੈਂ ਜਿੰਮ ਹਾਂ ਨਹੀਂ ਆ ਗੱਭਰੂ ਫਿੱਟ ਫਾਟ ਪਿਆ ਜੀ ਪੂਰਾ ਹਾਂ ਉਸ ਹਿਸਾਬ ਨਾਲ ਘੱਟ ਖਾਈਦਾ ਠੀਕ ਆ ਉਸ ਹਿਸਾਬ ਨਾਲ ਉਹ ਚੀਜ਼ ਖਾ ਲਓ ਥੋੜੇ ਜਿਹੇ ਤੁਸੀਂ ਉਹਦੇ ਵਿੱਚ ਕਹਿ ਲਓ ਫਰੂਟ ਰੱਖੋ ਐਡ ਕਰੋ ਫਰੂਟ ਖਾ ਲਓ ਬਨਾਨਾਸ ਰੱਖੋ ਤੁਸੀਂ ਤੇ ਰੋਟੀ ਇੱਕ ਟਾਈਮ ਹੁੰਦੀ ਆ ਸਾਡੀ ਸਰ ਉਹ ਜਦੋਂ ਅਸੀਂ ਸ਼ਰਟ ਛੱਡ ਦੇਈਦੀ ਉਦੋਂ ਰੋਟੀ ਖਾਈਦੀ ਆ ਅੱਛਾ ਫਿਰ ਰੋਟੀ ਅਸੀਂ ਉਹੀ ਬਣਾ ਕੇ ਪੰਜਾਂ ਦਿਨਾਂ ਦੀ ਹੁਣ ਸਾਡੀ ਉੱਥੇ ਕੈਲਗਰੀ ਆਂਟੀ ਹੈਗੀ ਆ ਉਹ 20 ਰੋਟੀਆਂ ਤੇ 3 ਸਬਜ਼ੀਆਂ ਲੈ ਆਈਦੀਆਂ ਉਹਦੇ ਨਾਲ ਸਾਡੇ 6-7 ਦਿਨ ਨਿਕਲ ਜਾਂਦੇ ਆ ਓਕੇ ਓਕੇ 3 ਰੋਟੀਆਂ ਇੱਕ ਟਾਈਮ ਘੱਟ ਖਾਣਾ ਯਾਰ ਹਨਾ ਰੋਟੀ ਤੋਂ ਅੱਗੇ ਗੱਲ ਕਰਦੇ ਆ ਇੱਕ ਹੁਣ ਤਾਂ ਫਲੈਟ ਬੈੱਡ ਹਨਾ ਦੂਜਾ ਹੁੰਦਾ ਵੀ ਟ੍ਰੇਲਰ ਵਾਲਾ ਇਹ ਦੋਵਾਂ 'ਚ ਕੀ ਫਰਕ ਆ ਦੋਵਾਂ ਦੀ ਸੈਲਰੀ ਦਾ ਤੇ ਦੋਵਾਂ ਦੇ ਚਲਾਈ ਦਾ ਕੋਈ ਫਰਕ ਹੈਗਾ ਹਾਂ ਫਲੈਟ ਬੈੱਡ ਯਾਰ ਆਪਣੇ ਜਿਵੇਂ ਹੁਣ ਇੰਡੀਆ 'ਚ ਕਹਿ ਲਓ ਸਾਰੀ ਗੱਲ ਲਿਆਉਣ ਵਾਸਤੇ ਹੁਣ ਤੁਸੀਂ ਉਹ ਡੱਬਾ ਤਾਂ ਵਰਤ ਨਹੀਂ ਸਕਦੇ ਆਪਣਾ ਰੀਫਰ ਵਾਲਾ ਸਮਾਨ ਉਹਦੇ ਵਾਸਤੇ ਫਲੈਟ ਇੱਕ ਹੋ ਗਿਆ ਜਾਂ ਕੋਈ ਹੋਰ ਹੈਵੀ ਲੋਡ ਲੰਬੇ ਲੋਡ ਹੋ ਗਏ ਕੋਈ ਮਸ਼ੀਨਰੀ ਲੈ ਕੇ ਆਉਣੀ ਹੈ ਜੀਸੀਬੀ ਲੈ ਕੇ ਆਉਣੀ ਹੈ ਉਹਦੇ ਵਾਸਤੇ ਉਹ ਫਲੈਟ ਇੱਕ ਵਰਤਿਆ ਜਾਂਦਾ ਜਾਂ ਕੋਈ ਉਹੋ ਜਿਹਾ ਡਰਾਈ ਲੋਡ ਲੈ ਕੇ ਆਉਣਾ ਉਹਦੇ ਵਾਸਤੇ ਕਈ ਸਪੈਸਿਫਿਕ ਲੋਡ ਹੁੰਦੇ ਆ ਤੇ ਤੂੰ ਫਲੈਟ ਬੈੱਡ ਚਲਾਉਣਾ ਉਦਾਂ ਕਿ ਟ੍ਰੇਲਰ ਵਾਲਾ ਮੈਂ ਰੀਫਰ ਲੋਡ ਚਲਾਉਣਾ ਰੀਫਰ ਅੱਛਾ ਜਿਹਦੇ ਵਿੱਚ ਫੂਡ ਪ੍ਰੋਡਕਟ ਜਾਂਦਾ ਜ਼ਿਆਦਾ ਠੀਕ ਆ ਆਹ ਦੇਖੋ ਜੀ ਆਹ ਬਹੁਤ ਹੀ ਦੇਖੋ ਹਨਾ ਕੋਰੋਨਾ ਵਾਇਰਸ ਕਰਕੇ ਕੰਮ ਕੁੰਮ ਠੱਪ ਹੁੰਦੇ ਪਏ ਆ ਜਿਵੇਂ ਵੀ ਆ ਪਰ ਹਨਾ ਜੇ ਟਰੈਕਿੰਗ ਵਾਲੇ ਦੇਖੋ ਟਰੱਕ ਹਲੇ ਜੇ ਟਰੱਕ ਚੱਲਦੇ ਪਏ ਨਾ ਤਾਂ ਹੀ ਸਾਨੂੰ ਘਰਾਂ 'ਚ ਫੂਡ ਮਿਲਦਾ ਪਿਆ ਕਿਉਂਕਿ ਇੱਕ ਪ੍ਰੋਵਿੰਸ ਤੋਂ ਦੂਜੇ ਪ੍ਰੋਵਿੰਸ ਤੋਂ ਲਿਆਉਣੇ USA ਤੋਂ ਲੈ ਕੇ ਆਉਣੇ ਸੋ ਔਖਾ ਕੰਮ ਆ ਤੇ ਇਹਨਾਂ ਲਈ ਜਿਹੜਾ ਟਰੱਕ ਵਾਲਿਆਂ ਨੂੰ ਸਲੂਟ ਆ ਡਰਾਈਵਰਾਂ ਨੂੰ ਇਹ ਪੂਰਾ ਜ਼ੋਰ ਲਾ ਕੇ ਕੰਮ ਕਰਦੇ ਪਏ ਆ ਇਸ ਮਾਮਲੇ 'ਚ ਥੈਂਕ ਯੂ ਜੀ ਥੈਂਕ ਯੂ ਤੇ ਇਹ 'ਚ ਸੈਲਰੀ ਦਾ ਵੀ ਫਰਕ ਹੁੰਦਾ ਜਿਹੜਾ ਫਲੈਟ ਬੈੱਡ ਜਿਹੜਾ ਚਲਾਉਂਦਾ ਜਾਂ ਉਹ ਤੇ ਟ੍ਰੇਲਰ ਵਾਲੇ ਦੀ ਸੈਲਰੀ ਦਾ ਫਰਕ ਹੁੰਦਾ ਹਾਂਜੀ ਸੈਲਰੀ ਦਾ ਫਰਕ ਹੁੰਦਾ ਬੇਸਿਕਲੀ ਕਿਉਂਕਿ ਫਲੈਟ ਡੈਕ ਥੋੜ੍ਹਾ ਜਿਹਾ ਔਖੀ ਜੋਬ ਆ ਜਾਂਦੀ ਆ ਐਸ ਕੰਪੇਅਰ ਟੂ ਰੀਫਰ ਜਾਂ ਡਰਾਈਵੈਂਸ ਡਰਾਈਵੈਂਸ ਤੇ ਰੀਫਰ ਉਹ ਹੁੰਦੀਆਂ ਜਿਹਨਾਂ ਦਾ ਬਕਸਾ ਬਣਿਆ ਹੁੰਦਾ ਦੇ ਵਿੱਚ ਜਿਹੜਾ ਤੁਹਾਡੇ ਕੋਲ ਡਰਾਈ ਲੋਡ ਹੁੰਦਾ ਅਤੇ ਜਿਹੜਾ ਦੂਜਾ ਰੀਫਰ ਹੁੰਦਾ ਉਹਦੇ ਵਿੱਚ ਤੁਹਾਡੇ ਕੋਲ ਕੂਲਿੰਗ ਅਤੇ ਹੀਟਿੰਗ ਸਿਸਟਮ ਲੱਗਾ ਹੁੰਦਾ ਜਿਹਦੇ ਵਿੱਚ ਫੂਡ ਜਾਂ ਦਵਾਈਆਂ ਤੁਹਾਡੀਆਂ ਜਿਹੜੇ ਵੀ ਟੈਂਪਰੇਚਰ ਸੈਂਸਟਿਵ ਇੱਕ ਥਿੰਗਸ ਨੇ ਉਹ ਜਾਂਦੀਆਂ ਤੁਹਾਡੇ ਕੋਲ ਉਹਦਾ ਪੈਸੇ ਦਾ ਫਰਕ ਇਹ ਆ ਵੀ ਫਲੈਟ ਬੈੱਡ ਐਸ ਕੰਪੇਅਰ ਟੂ ਜ਼ਿਆਦਾ ਹੀ ਪੈਸੇ ਬਣ ਜਾਂਦੇ ਥੋੜ੍ਹੇ ਜਿਹੇ ਇਹਦੇ ਵਿੱਚ ਤੁਹਾਡੇ ਕੋਲ ਜਿਹੜਾ ਰੀਫਰ ਡਰਾਈਵੈਂਸ ਆ ਇਹਦੇ ਵਿੱਚ ਤੁਹਾਡੇ ਕੋਲ ਥੋੜ੍ਹੀ ਈਜ਼ੀਨੈਸ ਹੁੰਦੀ ਹੈ ਅਤੇ ਪੈਸੇ ਵੀ ਉਸ ਹਿਸਾਬ ਨਾਲ ਵੀ ਥੋੜ੍ਹੇ ਮਤਲਬ ਕਿ ਬਾਲੇ ਨਹੀਂ ਥੋੜ੍ਹੇ ਜਿਹੇ ਘੱਟ ਹੁੰਦੇ ਆ ਅਤੇ ਹੁਣ ਯਾਰ ਗੱਲ ਕਰਦੇ ਹਾਂ ਵੀ ਨਾ ਟਰੱਕ ਚਲਾਉਣਾ ਰਿਸਕੀ ਕਿੰਨਾ ਹੈ ਨਾ ਜਿਵੇਂ ਕਹਿੰਦੇ ਆ ਵੀ ਜਹਾਜ਼ਾਂ ਨਾਲ ਔਖੀ ਡਰਾਈਵਰੀ ਟਰੱਕਾਂ ਦੀ ਯਾਰ ਕਿੰਨੀ ਕੁ ਗੱਲ ਇਹ ਸੱਚੀ ਆ ਮਤਲਬ ਵਾਕਈ ਔਖਾ ਕੰਮ ਆ ਯਾਰ ਟਰੱਕ ਚਲਾਉਣਾ ਜਿੰਨਾ ਟਰੱਕ ਜਿਹੜਾ ਟਰੱਕ ਚਲਾਉਣ ਵਾਲਾ ਕੰਮ ਆ ਉਹ ਹੈਗਾ ਜਿਗਰੇ ਵਾਲਾ ਹੁਣ ਜੇ ਕੋਰੋਨਾ ਵਾਇਰਸ ਆ
ਸਾਨੂੰ ਤਾਂ ਹੀ ਘੱਟ ਡਰ ਲੱਗਦਾ, ਸਾਨੂੰ ਤਾਂ ਹੀ ਅਸੀਂ ਤੁਰੇ ਫਿਰਦੇ ਹਾਂ ਕਿਉਂਕਿ ਸਾਡੇ ਕੋਲ ਆਲਰੇਡੀ ਅਸੀਂ ਇੰਨਾ ਕੁ ਜਿਗਰਾ ਲੈ ਕੇ ਚੱਲੀਦਾ ਵੀ ਜੇ ਅਸੀਂ ਯਾਰ ਇੰਨੇ ਦਿਨ ਘਰੋਂ ਬਾਹਰ ਨਿਕਲਣਾ ਰੋਡ 'ਤੇ ਰਹਿਣਾ ਗਾ ਅਤੇ ਕਿੱਦਾਂ ਹੈਂਡਲ ਕਰਨੀਆਂ ਚੀਜ਼ਾਂ, ਕਿੱਦਾਂ ਉਹ ਜਿਗਰੇ ਨਾਲ ਹੁੰਦੀਆਂ ਚੀਜ਼ਾਂ. ਤੁਹਾਡੇ ਕੋਲ ਸਨੋਹ ਪਈ ਆ, ਤੁਸੀਂ ਸਨੋਹ ਦੇ ਉੱਤੇ ਟਰੱਕ ਡਰਨ ਲੱਗ ਗਏ, ਜਦੋਂ ਤੁਸੀਂ ਡਰ ਗਏ ਉਹ ਤੁਹਾਡਾ ਟਰੱਕ ਪਲਟੂਗਾ ਪਲਟੂਗਾ, ਜਦੋਂ ਤੁਸੀਂ ਜਿਗਰੇ ਨਾਲ ਤੁਰੇ ਗਏ ਵੀ ਹਾਂਜੀ ਮੈਂ ਤੁਹਾਨੂੰ ਲੈ ਕੇ ਜਾਣਾ ਟਰੱਕ ਜਿਵੇਂ ਮਰਜ਼ੀ ਹੋ ਜਾਵੇ, ਉਹ ਤੁਹਾਡਾ ਟਰੱਕ ਜਾਂਦਾ ਹੀ ਜਾਂਦਾ. ਵਾਕਈ ਰਿਸਕੀ ਜੋਬ ਆ ਸਨੋਹ ਦੇ ਵਿੱਚ, ਇਟਸ ਟੂ ਹਾਰਡ ਫੋਰ ਦੈਟ, ਵੀ ਇਹ ਮੈਨੇਜੇਬਲ ਨਹੀਂ ਹੈਗਾ, ਮਾੜਾ ਬੰਦਾ ਨਹੀਂ ਕਰ ਸਕਦਾ. ਮੇਰੇ ਕੋਲ ਕੁਛ ਕੁ ਵੀਡੀਓਜ਼ ਪਈਆਂ ਜਿਹੜੀਆਂ ਮੈਂ ਖੁਦ ਬਣਾਈਆਂ, ਜਦੋਂ ਸਨੋਹ ਜਦੋਂ ਤੁਸੀਂ ਰੋਡ ਦੀ ਕੰਡੀਸ਼ਨ ਦੇਖ ਸਕਦੇ ਹੋ ਉਦੋਂ ਵੀ ਇਹ ਇਹ ਰੋਡ ਕੰਡੀਸ਼ਨ ਦੇ ਵਿੱਚ ਵੀ ਟਰੱਕ ਚੱਲ ਜਾਂਦਾ ਹੋਊਗਾ, ਅਤੇ ਉਹ ਫਿਰ ਮੈਂ ਤੈਨੂੰ ਭੇਜੂੰਗਾ, ਉਹ ਵੀ ਤੂੰ ਐਡ ਕਰ. ਅੱਛਾ ਤੇ ਹੁਣ ਯਾਰ ਹੋਰ ਗੱਲ ਹੈ ਨਾ, ਹੁਣ ਇਹਦੇ ਵਿੱਚ ਪੀਆਰ ਹੈਗੀ ਕਿ ਨਹੀਂ ਹੈਗੀ? ਕਿਉਂਕਿ ਦੇਖੋ ਜੀ ਪੀਆਰ ਵਾਲਾ ਕੰਮ ਜਾਣਨਾ ਬਹੁਤ ਜ਼ਰੂਰੀ ਹੈ ਨਾ, ਕਿਉਂਕਿ ਬੰਦਾ ਸਟੂਡੈਂਟ ਖਾਸ ਕਰਕੇ ਪੈਂਦਾ ਹੀ ਤਾਂ ਹੀ ਇਸ ਲਾਈਨ 'ਚ ਆ ਕਿਉਂਕਿ ਉਹਨੇ ਅੱਗੇ ਪੀਆਰ ਦਾ ਵੀ ਸੋਚਣਾ ਹੁੰਦਾ. ਸੋ ਕਿਵੇਂ ਇਹ 'ਚ ਪੀਆਰ ਹੈਗੀ ਆ ਮਨਿੰਦਰ? ਯਾਰ ਪੀਆਰ ਦਾ ਹੁਣ ਪਹਿਲਾਂ ਟਾਈਮਾਂ ਦੇ ਵਿੱਚ ਜ਼ਿਆਦਾ ਹੁੰਦੀ ਸੀਗੀ, ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਹਿ ਲਓ ਵੀ ਮੈਂ ਨੈਗੇਟਿਵ ਨਹੀਂ ਹੋਣਾ ਚਾਹੁੰਦਾ, ਬਟ ਜਿਹੜਾ ਹੁਣ ਸਭ ਤੋਂ ਬੈਸਟ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਰੂਲ ਚੱਲ ਰਿਹਾ ਉਹ ਹੈਗਾ ਵੀ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ, ਉਹਦੇ ਵਿੱਚ ਪੀ ਆਰ ਅੱਜ ਦੇ ਟਾਈਮ ਦੇ ਵਿੱਚ ਟਰੈਕਿੰਗ ਦੀ ਹੈਗੀ ਆ, ਬਟ ਉਹ ਵੀ 2021 ਦੇ ਵਿੱਚ ਆਈ ਡੋਂਟ ਨੋ ਵਟਸ ਦਾ ਟਾਈਮ ਐਗਜ਼ੈਕਟਲੀ, ਬਟ ਉਹ ਬੰਦ ਕਰ ਦੇਣਾ ਉਹਨਾਂ ਨੇ. ਠੀਕ ਆ ਠੀਕ ਆ. ਅੱਗੇ ਮੁੰਡੇ ਬਹੁਤ ਹੀ ਜ਼ਿਆਦਾ ਉੱਥੇ ਜਾ ਕੇ ਮੁੰਡੇ ਪੱਕੇ ਹੋਏ ਆ, ਬਹੁਤ ਹੀ ਈਜ਼ੀ ਰੂਲਸ ਨੇ ਉੱਥੇ. ਠੀਕ ਆ, ਉਦੋਂ ਪਹਿਲਾਂ ਹੁੰਦੇ ਸੀ ਅਲਬਰਟਾ ਦੇ ਖੁੱਲੇ ਹੋਏ, ਅਲਬਰਟਾ ਦੇ ਵੀ ਬਹੁਤ ਈਜ਼ੀ ਰੂਲਸ ਸੀਗੇ. ਠੀਕ ਆ. ਆਈ ਡੋਂਟ ਨੋ ਅੰਟਾ ਬੀ ਸੀ ਦੇ ਵਿੱਚ ਆਈ ਥਿੰਕ ਸੋ ਇਹ ਆ ਵੀ 9 ਮਹੀਨੇ ਜਾਂ ਖਨੀ 18 ਮਹੀਨੇ ਕੋਲ ਟਰੱਕ ਚਲਾ ਕੇ ਫਿਰ ਪੀ ਐਨ ਪੀ ਮਿਲਦੀ ਆ, ਇੱਦਾਂ ਦਾ ਸਿਸਟਮ ਆ, ਅਤੇ ਪੀ ਐਨ ਪੀ ਤੋਂ ਬਾਅਦ ਫਿਰ ਤੁਸੀਂ ਫੈਡਰਲ ਲਾ ਸਕਦੇ ਹੋ. ਸੈਲਰੀ ਦੀ ਕਹਿੰਦੇ ਵੀ ਬੜਾ ਪੈਸਾ ਬਣਦਾ ਆ ਟਰੱਕਾਂ ਵਾਲੇ ਵੀ ਹਨਾ, ਨੋਟ ਦੀ ਕਹਿੰਦੇ ਟਰੱਕਾਂ ਵਾਲੇ ਕਮਾਉਂਦੇ ਆ, ਗੱਲ ਕਿੰਨੀ ਕੁ ਗੱਲ ਸੱਚੀ ਆ ਤੇ ਕੀ ਹਿਸਾਬ ਆ ਸੈਲਰੀ ਦਾ ਹੁਣ? ਦੋ ਗੱਲਾਂ ਹੁੰਦੀਆਂ, ਜਾਂ ਤਾਂ ਤੁਹਾਡਾ ਜੋਬ ਦਾ ਰਿਸਕ ਫੈਕਟਰ ਜ਼ਿਆਦਾ ਹੁੰਦਾ ਤਾਂ ਤੁਹਾਨੂੰ ਪੈਸੇ ਜ਼ਿਆਦਾ ਮਿਲਦੇ ਆ, ਜਾਂ ਤੁਹਾਡੇ ਕੋਲ ਸਕਿੱਲ ਹੀ ਇੰਨੀ ਜ਼ਿਆਦਾ ਤਾਂ ਤੁਹਾਨੂੰ ਜ਼ਿਆਦਾ ਪੈਸੇ ਮਿਲਦੇ ਆ. ਹੁਣ ਇਹਦੇ ਵਿੱਚ ਸਕਿੱਲ ਐਡੀ ਕੋਈ ਖਾਸ ਨਹੀਂ ਹੈਗੀ, ਬਟ ਇਹਦੇ ਵਿੱਚ ਰਿਸਕ ਫੈਕਟਰ ਬਹੁਤ ਜ਼ਿਆਦਾ, ਰਿਸਕ ਬਹੁਤ ਆ, ਰਿਸਕ ਫੈਕਟਰ ਕਰਕੇ ਹੀ ਸਾਨੂੰ ਪੈਸੇ ਮਿਲਦੇ ਆ. ਠੀਕ ਆ. ਦਾਅ ਤੇ ਜਿਹੜੀ ਜਾਨ ਆ ਉਹ ਦਾਅ ਤੇ ਲਾਉਣੀ ਪੈਂਦੀ, ਫਿਰ ਪੈਸੇ ਬਣ. ਹਾਂ ਤੇ ਮਨਿੰਦਰ ਜਨਰਲੀ ਪਰ ਆਵਰ ਦੇ ਹਿਸਾਬ ਨਾਲ ਮਿਲਦੇ ਆ ਕਿ ਮਾਈਲਸ ਦੇ ਹਿਸਾਬ ਨਾਲ ਮਿਲਦੇ, ਕੀ ਹਿਸਾਬ ਆ? ਇਹ ਦੋ ਚੀਜ਼ਾਂ ਹੁੰਦੀਆਂ, ਇਹ ਸਾਨੂੰ ਮਿਲਦੇ ਆ ਮਾਈਲਸ ਦੇ ਹਿਸਾਬ ਨਾਲ. ਠੀਕ ਆ ਠੀਕ ਆ. ਜੇ ਮੀਲਾਂ ਕੱਢਦੇ ਲੌਂਗ ਹੌਲ ਦੇ ਵਿੱਚ, ਓਕੇ, ਜਿਹੜੇ ਚੱਲਦੇ ਆ ਲੋਕਲ ਉਹਨਾਂ ਨੂੰ ਪਰ ਆਵਰ ਦੇ ਹਿਸਾਬ ਨਾਲ ਮਿਲਦੇ ਆ. ਠੀਕ ਆ ਠੀਕ ਆ. ਤੇ ਹੁਣ ਗੱਲ ਕਰਦੇ ਆ ਜਿਵੇਂ ਲੋਕਲ ਪਰ ਆਵਰ ਤੇ ਕਿੰਨੇ ਕੁ ਮਿਨੀਮਮ ਰੇਟ ਕਿੰਨਾ ਹੋਊਗਾ? ਮਿਨੀਮਮ ਹੀ ਮੈਂ ਕਿੱਥੇ ਕਹੂੰਗਾ ਵੀ ਮਿਨੀਮਮ ਰੇਟ ਕਿੰਨਾ ਕੁ ਕਮਾ ਲੈਂਦੇ ਆ? $21 ਮਿਨੀਮਮ ਘੰਟੇ ਦੇ, ਸਾਰੇ ਪਾਸੇ $21 ਹੈਗਾ ਟਰੈਕਿੰਗ ਦੇ ਵਿੱਚ. ਠੀਕ ਆ ਠੀਕ ਆ. ਹਾਂ ਤੇ ਲੌਂਗ ਹੌਲ ਦੇ ਵਿੱਚ ਅਜਾ ਤੇ ਲੌਂਗ ਹੌਲ ਦੇ ਵਿੱਚ ਕਿੰਨੇ ਕੁ ਪੈਸੇ ਬਣ ਜਾਂਦੇ ਆ? ਲੌਂਗ ਹੌਲ ਦੇ ਵਿੱਚ ਤੁਹਾਨੂੰ ਹੁਣ ਮੈਂ ਜੇ ਰਿਵੀਲ ਕਰਨਾ ਹੋਵੇ ਐਗਜ਼ੈਕਟਲੀ, ਉਹਦੇ ਵਿੱਚ ਤੁਹਾਡੇ ਕੋਲੇ ਜੇ ਤੁਸੀਂ ਮਹੀਨੇ ਦੇ 4 ਗੇੜੇ ਲਾਉਂਦੇ ਹੋ ਉਹਦੇ ਵਿੱਚ ਤੁਹਾਡੇ ਕੋਲੋਂ 5,000 ਤੋਂ ਲੈ ਕੇ 7,000 ਤੱਕ ਬਣ ਜਾਂਦਾ. ਠੀਕ ਆ ਠੀਕ ਆ ਠੀਕ ਆ. ਲੌਂਗ ਹੌਲ ਤੇ ਹਨਾ, ਮਤਲਬ ਟੈਕਸ ਘਟਾ ਕੇ, ਟੈਕਸ ਘਟਾ ਕੇ ਕੋਸਟ ਜਿਹੜੀ ਆ ਉਹ ਤੁਹਾਡੀ 8,000 ਤੱਕ ਚਲੀ ਜਾਂਦੀ ਆ. ਠੀਕ ਆ ਠੀਕ ਆ ਠੀਕ ਆ. ਤੇ ਮੈਕਸੀਮਮ ਕਿੰਨੇ ਕੁ ਬਣ ਸਕਦੇ ਆ ਇੱਕ ਮਹੀਨੇ ਦੇ? ਮੰਨ ਲਾ ਚਲੋ ਜਿੰਨੇ ਮੈਕਸੀਮਮ ਆਵਰ ਸਾਨੂੰ ਦਿੱਤੇ ਹੋਏ ਆ ਲਾਉਣ ਲਈ, ਜਿਹੜੀ ਦੂਸਰੀ ਆ ਜਿਹੜਾ ਇੱਕ ਹੁੰਦਾ ਕਾਰਪੋਰੇਸ਼ਨ ਦੇ ਕੋਈ ਕੰਮ ਕਰਦੇ ਉਹਦੇ ਵਿੱਚ ਟੈਕਸ ਵੱਧ ਦੇਣਾ ਹੁੰਦਾ, ਉਹਦੇ ਵਿੱਚ ਉਹੀ 9,000 ਬਣ ਜਾਂਦਾ. ਮੈਕਸੀਮਮ 10,000 ਵੀ ਕਈ ਬਣਾ ਲੈਂਦੇ ਆ, ਆਈ ਡੋਨਟ ਨੋ ਕਿੰਨਾ ਬਣ ਜਾਂਦਾ. ਅੱਛਾ ਅੱਛਾ, 10,000 ਤੱਕ ਵੀ ਮਤਲਬ ਹੈਗਾ ਆ ਇੱਕ ਮਹੀਨੇ ਦਾ? ਕਿਉਂਕਿ ਨੋਰਮਲ ਜੋਬ ਤੇ ਨਾ ਤੁਹਾਨੂੰ ਮੈਂ ਵੀ ਦੱਸਿਆ ਹੋਇਆ ਮਿਨੀਮਮ $14 ਤੇ ਤਾਂ ਤੂੰ ਥੋੜ੍ਹਾ ਉਹੀ 2,200-2,500 ਬਣਦਾ, ਇਸ ਲਈ ਹੁਣ ਟਰੈਕਿੰਗ ਤੁਸੀਂ ਹਿਸਾਬ ਲਾ ਲਓ ਵੀ 7,000 ਬਾਈ ਕਹਿ ਰਿਹਾ ਮਿਨੀਮਮ ਵੀ ਇੰਨੇ ਕੁ ਪੈਸੇ ਬਣ ਜਾਂਦੇ ਆ. ਤੇ ਜਿਹੜੇ ਸਿਟੀ ਦੇ ਵਿੱਚ ਚਲਾਉਂਦੇ ਆ ਉਹਨਾਂ ਨੂੰ ਵੀ ਜੇ ਆਪਾਂ ਰੈਗੂਲਰਲੀ ਮੰਥਲੀ ਬੇਸ 'ਤੇ ਲਾਈਏ ਤਾਂ ਕਿੰਨੇ ਕੁ ਬਣ ਜਾਂਦੇ ਭਾਵੇਂ ਘੰਟੇ ਦੇ ਹਿਸਾਬ ਨਾਲ ਚੱਲਦੇ? ਤੁਸੀਂ ਵੀ 5,000-6,000 ਇੰਨਾ ਕੁ ਬਣੀ ਜਾਂਦਾ ਗਾ ਜੇ ਤੁਸੀਂ, ਪਰ ਉਹਦੇ ਵਿੱਚ ਆਏ ਆ ਲੋਕਲ ਹੁੰਦੇ ਹੋ ਪਰਵਾਹ ਨਹੀਂ ਹੁੰਦੀ, ਤੁਸੀਂ 12-12 ਘੰਟੇ 7 ਦਿਨ 6 ਦਿਨ 7 ਦਿਨ ਕੰਮ ਕਰਨਾ ਪੈਂਦਾ. ਠੀਕ ਆ ਠੀਕ ਆ. ਮਤਲਬ 12 ਘੰਟੇ 16 ਘੰਟੇ ਵੀ ਵੱਧ, ਇਦੋਂ ਵੀ ਵੱਧ ਕੰਮ ਕਰਨਾ, ਮਤਲਬ ਮਿਨੀਮਮ 5,000 ਮੰਨੀ ਵੀ 5,000 ਟਰੱਕ ਡਰਾਈਵਰ ਨਹੀਂ ਛੱਡਦਾ? ਛੱਡਦਾ ਨਹੀਂ. ਠੀਕ ਆ ਠੀਕ ਆ. ਮਿਨੀਮਮ ਕਹਿ ਲਓ ਤੁਸੀਂ ਮਿਨੀਮਮ 4,000
ਮਿਨੀਮਮ 4000 ਜੇ ਆਰਾਮਦਾਰੀ ਨਾਲ ਕੰਮ ਕਰਨਾ 4000 ਤੋਂ ਟੱਕ ਤੇ ਨਹੀਂ ਗਿਆ ਅੱਛਾ ਅੱਛਾ ਆਰਾਮਦਾਰੀ ਨਾਲ 4000 ਜੇ ਹੱਡ ਤੋੜ ਕੇ ਕਰਨਾ ਫੇਰ ਤੂੰ ਉਹੀ 7-8000 ਠੀਕ ਆ ਸੋ ਮਤਲਬ ਕਿ ਵਾਕਈ ਜੀ ਉਹ ਗੱਲ ਸੱਚੀ ਆ ਮਤਲਬ ਸੱਚੀ ਹੋ ਗਈ ਆ ਵੀ ਹਾਂ ਵੀ ਪੈਸੇ ਟਰੈਕਿੰਗ 'ਚ ਬਣਦੇ ਆ ਕਿਉਂਕਿ ਮੈਨੂੰ ਮੇਰੀ ਲਾਈਨ ਦਾ ਪਤਾ ਠੀਕ ਆ ਇੰਨੀ ਅਮਾਊਂਟ ਨਹੀਂ ਮਿਲਦੀ ਹੋਰ ਲਾਈਨਾਂ ਦੇ ਵਿੱਚ ਉਹ ਯਾਰ ਪੜਾ ਦਿੰਦੇ ਆ ਚਾਹ ਪੀਣੀ ਆ ਤੇ ਹੁਣ ਮਨਿੰਦਰ ਯਾਰ ਇਹਦੇ ਵਿੱਚ ਇੰਗਲਿਸ਼ ਦੀ ਕਿੰਨੀ ਕੁ ਲੋੜ ਪੈਂਦੀ ਹਨਾ ਆਪਾਂ ਕਹਿੰਦੇ ਕਿਉਂਕਿ ਤੁਸੀਂ ਰੰਗ ਬਿਰੰਗੀਆਂ ਕੰਪਨੀਆਂ 'ਚ ਜਾਣਾ ਲੋਡ ਲਾਉਣੇ ਹੋ ਪੇਪਰ 'ਤੇ ਸਾਇੰਸ ਸੂੰਜ ਵੀ ਕਰਾਉਂਦੇ ਹੁੰਦੇ ਹਨਾ ਇੰਗਲਿਸ਼ ਦੀ ਕਿੰਨੀ ਕੁ ਲੋੜ ਪੈਂਦੀ ਆ ਮਤਲਬ ਜੇ ਕੈਨੇਡਾ 'ਚ ਦੇਖਿਆ ਜਾਵੇ ਕੈਨੇਡਾ ਦੇ ਵਿੱਚ ਤਾਂ ਯਾਰ ਇੰਗਲਿਸ਼ ਦੀ ਐਡੀ ਕੋਈ ਖਾਸ ਲੋੜ ਨਹੀਂ ਪੈਂਦੀ ਠੀਕ ਆ ਜੇ ਫੋਨ 'ਤੇ ਲੱਗਿਆ ਫੋਨ 'ਤੇ ਵੀ ਸਾਰੇ ਆਪਣੇ ਪੰਜਾਬੀ ਯਾਰ ਮਿੱਤਰ ਹੀ ਹੁੰਦੇ ਆ ਪਰ ਜਿੱਥੇ ਤੁਸੀਂ ਲੋਡ ਲਾਉਣਾ ਲੋਡ ਲਾਈਦਾ ਵੀ ਕੀ ਹੈ ਡ੍ਰੌਪ ਕਰਕੇ ਦੂਜੇ ਲੋਡ ਚੱਕ ਤੇ ਆ ਚਾਹੀਦਾ ਹੈਗਾ ਹਾਂ ਮਤਲਬ ਤੁਹਾਡੀ ਵਾਲੀ ਬੇਸਿਕ ਇੰਗਲਿਸ਼ ਦੀ ਲੋੜ ਪੈਂਦੀ ਆ ਓਕੇ ਆਈ ਹੈਵ ਦਿਸ ਪੇਪਰ ਵਰਕ ਆਈ ਹੈਵ ਦਿਸ ਲੋਡ ਨੰਬਰ ਕੈਨ ਯੂ ਗਿਵ ਮੀ ਦਾ ਟ੍ਰੇਲਰ ਦਿਸ ਇਜ਼ ਦਾ ਕੰਪਨੀ ਆਈ ਐਮ ਕੰਪਨੀ ਡਰਾਈਵਰ ਲਾਈਕ ਦਿਸ ਇਜ਼ ਦਾ ਲੋਡ ਨੰਬਰ ਦੈਟ ਹਾਂ ਇੰਗਲਿਸ਼ ਦੀ ਵਾਲੀ ਇੰਗਲਿਸ਼ ਦੀ ਲੋੜ ਪੈਂਦੀ ਠੀਕ ਹੈ ਇੰਗਲਿਸ਼ ਦੀ ਵਾਲੀ ਤਾਂ ਇਨੀ ਵੀ ਨਹੀਂ ਬੋਲਦੇ ਓਕੇ ਦਿਸ ਲੋਡ ਆਰਡਰ ਨੰਬਰ ਨਵੇਂ ਜਿਹੜੇ ਸਟੂਡੈਂਟ ਹਨਾ ਵਰਕ ਪਰਮਿਟ ਤੇ ਆਉਂਦੇ ਆ ਤੂੰ ਕਿੰਨੀ ਕੁ ਸਲਾਹ ਦੇਣਾ ਚਾਹੇਂਗਾ ਜਾਂ ਕਿੰਨਾ ਕੁ ਰਿਕਮੈਂਡ ਕਰਦਾ ਵੀ ਉਹ ਟਰੱਕ ਤੇ ਆਉਣ ਦੇਖੋ ਜੀ ਅੱਜ ਦੇ ਟਾਈਮ ਦੇ ਵਿੱਚ ਪਹਿਲਾਂ ਤੁਹਾਨੂੰ ਦੇਖਣਾ ਪੈਣਾ ਆਪਣੀ PR ਦਾ PR ਟਰੱਕਿੰਗ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਤੇ ਬਾਹਲੀ ਸਖਾਲੀ ਹੈਗੀ ਆ ਅੰਟਿਲ ਅਨਲੈਸ ਤੁਹਾਡੇ ਕੋਲ LMI ਹੈਗੀ ਆ LMI ਤੁਹਾਨੂੰ ਇੰਪਲੋਇਰ ਸਪੋਰਟ ਕਰਦਾ ਹੈਗਾ ਵਰਕ ਪਰਮਿਟ ਦੇ ਵਿੱਚ ਜਿਹੜਾ ਕਲੋਜ਼ਡ ਬੌਂਡਡ ਵਰਕ ਪਰਮਿਟ ਹੁੰਦਾ ਉਹਦੇ ਵਿੱਚ ਤਾਂ ਸੌਖਾ ਕੰਮ ਕਿਉਂਕਿ ਉਹਦੇ ਵਿੱਚ ਪ੍ਰੋਸੈਸ ਨਾਲ PNP ਉਹ ਬਾਅਦ LMI ਆਪਣਾ ਫੈਡਰਲ ਲੱਗ ਜਾਂਦੀ ਉਹਦੇ ਵਿੱਚ PR ਹੋਣੀ ਅੱਜ ਦੇ ਟਾਈਮ 'ਚ ਥੋੜ੍ਹੀ ਜਿਹੀ ਔਖੀ ਆ ਟੋਰਾਂਟੋ ਆਇਆ ਹੋਇਆ ਸੋ ਮੈਂ ਕਿਹਾ ਵੀ ਇਹਦੇ ਨਾਲ ਵੀਡੀਓ ਕਰਦੇ ਆ ਇਹ ਕਿਹੜੀ ਕੰਪਨੀ ਦਾ ਟਰੱਕ ਆ ਇੰਟਰਨੈਸ਼ਨਲ 2020 ਦਾ ਟਰੱਕ ਆ ਠੀਕ ਆ ਆਲਮੋਸਟ ਬ੍ਰਾਂਡ ਨਿਊ ਹੀ ਆ ਹਾਂ ਹਾਂ ਠੀਕ ਆ ਖੋਲ ਸਕਦਾ ਤੈਨੂੰ ਕੀ ਲੱਗਦਾ ਵੀ ਇੰਨੇ ਕ ਮਤਲਬ ਪੈਰ ਜਮਾ ਲੈਂਦਾ ਵੀ ਦੇਖੋ ਉਹਦੀ ਉਮਰ ਨੀ ਹੁੰਦੀ ਕਿ ਜਦੋਂ ਤੁਹਾਨੂੰ ਨੌਲੇਜ ਆਉਂਦੀ ਹੈ ਜਦੋਂ ਤੁਹਾਡੀ ਹਿੰਮਤ ਹੁੰਦੀ ਆ ਇਹ ਕਰਜ਼ਾ ਹੁੰਦਾ ਤੁਸੀਂ ਕਿੰਨਾ ਕਰਜ਼ਾ ਚੱਕ ਸਕਦੇ ਹੋ ਬਸ ਫਿਰ ਕਿਸੇ ਦੀ ਗੱਲ ਆ ਕਿੰਨਾ ਕਿ ਤੁਸੀਂ ਸਹਿ ਸਕਦੇ ਹੋ ਥੋੜੀ ਸਹਿਣੀ ਤੇ ਬਸ ਇਹ ਸਿੰਪਲ ਸਿੰਪਲ ਬਹੁਤ ਵਧੀਆ ਵਧੀਆ ਬਹੁਤ ਵਧੀਆ ਯਾਰ ਅੱਛਾ ਤੁਸੀਂ ਇਹਦਾ ਆਪ ਹੀ ਲਾਉਣਾ ਹੁੰਦਾ ਤਾਂ ਹੁੱਕ ਹੁੱਕ ਆਪ ਹੀ ਕਰਨਾ ਹੁੰਦਾ ਟ੍ਰੇਲਰ ਹਾਂਜੀ ਮਤਲਬ ਕਿ ਇਸੇ ਟ੍ਰੇਲਰ ਖੜਾ ਤੇ ਸਿੱਧਾ ਸਿੱਧਾ ਬੈਕ ਲਿਆਉਣਾ ਹੁੰਦਾ ਆਟੋਮੈਟਿਕਲੀ ਹੁੱਕ ਆਟੋਮੈਟਿਕ ਫਿਫਥ ਵੀ ਥੋੜਾ ਗਰੀਸ ਕਰਵਾਉਣਾ ਹਾਂ 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 ਅੱਛਾ ਕੀ ਹਿਸਾਬ ਹੁੰਦਾ ਆਹ ਵਾਇਰ ਹੁੰਦੀ ਹੈ ਠੀਕ ਹੈ ਜੀ ਹਾਂ ਹਾਂ ਇਹਨਾਂ ਦੋਨਾਂ ਦੇ ਵਿੱਚੋਂ ਏਅਰ ਨਿਕਲਦੀ ਹੈ ਏਅਰ ਪ੍ਰੈਸ਼ਰ ਨਿਕਲਦਾ ਤੇ ਆ ਆਪਣੀ ਹੁੰਦੀ ਆ ਦੂਜੀ ਇਲੈਕਟ੍ਰਿਕ ਜਿਹੜੀ ਲਾਈਟਾਂ ਵਿੱਚ ਟ੍ਰੇਲਰ ਚਲਾਉਂਦੀ ਆ ਤੇ ਇਹ ਹੁੰਦੀ ਆ ਆਪਣਾ ਬ੍ਰੇਕ ਸਿਸਟਮ ਜਿਹੜੀਆਂ ਬ੍ਰੇਕ ਸਿਸਟਮ ਹਨ ਹਾਂ ਹਾਂ ਏਅਰ ਬ੍ਰੇਕ ਹਨ ਆਹ ਦੇਖੋ ਜੀ ਟੈਂਕੀ ਦੇਖੋ ਕਿੱਡੀ ਆ ਆਪਣਾ ਚਾਹਣਾ ਹੁਣ ਨਹੀਂ ਦਿਖਾਇਆ ਠੀਕ ਠੀਕ ਸਾਨੂੰ ਯਾਦ ਕਰ ਵਾਓ ਹੁਣ ਤੂੰ ਉਦਾਂ ਦੱਸ ਵੀ ਟਰੱਕ ਚਲਾ ਕੇ ਖੁਸ਼ ਆ ਕਿ ਵਾ ਧੱਕੇ ਨਾਲ ਲੱਗਾ ਹੋਇਆ ਵੀ ਟਰੱਕ ਚਲਾ ਕੇ ਖੁਸ਼ ਆ ਪੈਸਾ ਬੰਦ ਕਿ ਨਹੀਂ ਚੰਗਾ ਲੱਗਦਾ ਹੁਣ ਮੈਨੂੰ ਸਲਾਹ ਦੇ ਨਾਲ ਲਾਇਸੈਂਸ ਬਣਾਉਣ ਦੀ ਨਹੀਂ ਨਹੀਂ ਤੂੰ ਹੁਣ ਹੈਗਾ ਕਾਰੀਗਰ ਬਾਬਾ ਤੈਨੂੰ ਨਹੀਂ ਸਲਾਹ ਦੇ ਸਕਦਾ ਪੈਸੇ ਵੀ ਚਾਹੀਦੇ ਆ ਹੁਣ ਨਾਲ ਨਹੀਂ ਦੇਖੋ ਜ਼ਰੂਰੀ ਨਹੀਂ ਹੈਗਾ ਹਰੇਕ ਬੰਦਾ ਟਰੱਕਿੰਗ ਦੇ ਵਿੱਚ ਹੀ ਪਵੇ ਠੀਕ ਆ ਹਰੇਕ ਬੰਦਾ ਜੇ ਕੋਈ ਜੇ ਕਿਸੇ ਨੂੰ ਸਕਿੱਲ ਆਉਂਦੀ ਹੈ ਜੇ ਕੋਈ ਬੰਦਾ ਪਲੰਬਿੰਗ ਕਰਦਾ ਜੇ ਕੋਈ ਬੰਦਾ ਲੱਕੜ ਦਾ ਕੰਮ ਕਰਦਾ ਉਹਦੀ ਵੈਲਿਊ ਵੀ ਟਰੱਕਾਂ ਵਾਲਿਆਂ ਵਾਂਗੂ ਹੀ ਹੈਗੀ ਆ ਸੋ ਇਟਸ ਬੈਟਰ ਦੈਨ ਵੀ ਜਿਹੜਾ ਤੁਸੀਂ ਕੰਮ ਕਰਦੇ ਹੋ ਚੱਲ ਠੀਕ ਆ ਫਿਰ ਨਹੀਂ ਲੈਣੇ ਯਾਰ ਹਾਂ ਨਹੀਂ ਕਰਦਾ ਠੀਕ ਆ ਤੇ ਇਸੇ ਦੇ ਨਾਲ ਹੀ ਜੀ ਵੀਡੀਓ ਦਾ ਐਂਡ ਕਰਦੇ ਆ ਠੀਕ ਆ ਤੇ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਿਸੇ ਦੇ ਕੰਮ ਆਜੂਗੀ ਤੇ ਕਮੈਂਟ ਕਰ ਦਿਓ ਕੋਈ ਸਵਾਲ ਹੋਵੇ ਕਮੈਂਟ ਕਰ ਦਿਓ ਮੈਂ ਟਰਾਈ ਕਰੂੰਗਾ ਮੈਂ ਉਹਨੂੰ ਆਨਸਰ ਕਰਾਂ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਕਮੈਂਟ ਕਰਿਓ ਇਹਦਾ ਮੈਂ ਦੂਜਾ ਪਾਰਟ ਲੈ ਕੇ ਆਊਂਗਾ ਵੀ ਨਾਲ ਦੇ ਨਾਲ ਜੇ ਇੰਸਟਾਗ੍ਰਾਮ 'ਤੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ @phantomsingwithoutspace ਤੇ ਆਹ ਦੇਖੋ ਜੀ ਨਾਲ ਆਪਣੀ ਗੱਡੀ ਖੜੀ ਆ ਆਹ ਟਰੱਕ ਖੜਾ ਬਾਈ ਦਾ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ।